ਕੀ ਨਾਮ ਤੁਹਾਡਾ? ਇਕਬਾਲ ਸਿੰਘ ਹੈ ਜੀ। ਇਕਬਾਲ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਬਠਿੰਡਾ ਜ਼ਿਲ੍ਹਾ ਤੋਂ ਆਏ ਹਾਂ ਜੀ, ਪਿੰਡ ਖੇਮੋਣੇ ਤੋਂ ਆਏ ਹਾਂ। ਕਿਵੇਂ ਆਏ ਹੋ ਤੁਸੀਂ ਇੱਥੇ? ਇਹ ਸਾਈਕਲ 'ਤੇ ਆਏ ਹਾਂ ਜੀ, ਚਲਾ ਕੇ ਸਾਈਕਲ ਲੈ ਕੇ ਆਏ ਹਾਂ। ਠੀਕ ਹੈ, ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ? 150 ਕਿਲੋਮੀਟਰ ਬਾਅਦ ਆ ਜੀ ਸਾਡੇ ਪਿੰਡੋਂ। 150 ਕਿਲੋਮੀਟਰ? ਇੰਨਾ ਜੋਸ਼ ਕਿਵੇਂ ਆਇਆ ਤੁਹਾਡੇ 'ਚ? ਜੋਸ਼ ਵੀ ਆਪਣੇ ਕਿਸਾਨੀ ਤੌਰ 'ਤੇ ਜਾਣਾ ਜੀ ਆਪਾਂ, ਆਪਦੇ ਹੱਕਾਂ ਦਾ ਹੀ ਲੜਨ ਆਏ ਹਾਂ, ਹੋਰ ਕੀ ਜੋਸ਼ ਤਾਂ ਹੀ ਭਰਦਾ ਜੀ। ਅੱਛਾ, ਸੋ ਆਉਣ ਲੱਗੇ ਥੱਕੇਵਾਂ ਨਹੀਂ ਚੜ੍ਹੇ ਤੁਹਾਨੂੰ? ਕਿਵੇਂ ਕੁਛ ਨਹੀਂ ਆੜਦਾ ਜੀ, ਜੋ ਅਸੀਂ ਇਹ ਜਾਣਾ ਹੀ ਜਾਣਾ ਹੈਗਾ। ਕਿਵੇਂ ਆ ਜਾਓ ਫਿਰ ਕੀ ਆ? ਠੀਕ ਹੈ, ਆਪਦੇ ਹੱਕਾਂ ਦੇ ਖਾਤਰ ਰੱਖੋ ਥੋੜ੍ਹੇ ਜਿਹੇ। ਕੀ ਨਾਮ ਤੁਹਾਡਾ? ਇਕਬਾਲ ਸਿੰਘ ਹੈ ਜੀ। ਇਕਬਾਲ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਬਠਿੰਡਾ ਜ਼ਿਲ੍ਹਾ ਤੋਂ ਆਏ ਹਾਂ ਜੀ, ਪਿੰਡ ਖੇਮੋਣੇ ਤੋਂ ਆਏ ਹਾਂ। ਕਿਵੇਂ ਆਏ ਹੋ ਤੁਸੀਂ ਇੱਥੇ? ਇਹ ਸਾਈਕਲ 'ਤੇ ਆਏ ਹਾਂ ਜੀ, ਚਲਾ ਕੇ ਸਾਈਕਲ ਲੈ ਕੇ ਆਏ ਹਾਂ। ਠੀਕ ਹੈ, ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ? 150 ਕਿਲੋਮੀਟਰ ਬਾਅਦ ਆ ਜੀ ਸਾਡੇ ਪਿੰਡੋਂ। 150 ਕਿਲੋਮੀਟਰ? ਇੰਨਾ ਜੋਸ਼ ਕਿਵੇਂ ਆਇਆ ਤੁਹਾਡੇ 'ਚ? ਜੋਸ਼ ਵੀ ਆਪਣੇ ਕਿਸਾਨੀ ਤੌਰ 'ਤੇ ਜਾਣਾ ਜੀ ਆਪਾਂ, ਆਪਦੇ ਹੱਕਾਂ ਦਾ ਹੀ ਲੜਨ ਆਏ ਹਾਂ, ਹੋਰ ਕੀ ਜੋਸ਼ ਤਾਂ ਹੀ ਭਰਦਾ ਜੀ। ਅੱਛਾ, ਸੋ ਆਉਣ ਲੱਗੇ ਥੱਕੇਵਾਂ ਨਹੀਂ ਚੜ੍ਹੇ ਤੁਹਾਨੂੰ? ਕਿਵੇਂ ਕੁਛ ਨਹੀਂ ਆੜਦਾ ਜੀ, ਜੋ ਅਸੀਂ ਇਹ ਜਾਣਾ ਹੀ ਜਾਣਾ ਹੈਗਾ। ਕਿਵੇਂ ਆ ਜਾਓ ਫਿਰ ਕੀ ਆ? ਠੀਕ ਹੈ, ਆਪਦੇ ਹੱਕਾਂ ਦੇ ਖਾਤਰ ਰੱਖੋ ਥੋੜ੍ਹੇ ਜਿਹੇ। ਇਕਬਾਲ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਬਠਿੰਡਾ ਜ਼ਿਲ੍ਹਾ ਤੋਂ ਆਏ ਹਾਂ ਜੀ, ਪਿੰਡ ਖੇਮੋਣੇ ਤੋਂ ਆਏ ਹਾਂ। ਕਿਵੇਂ ਆਏ ਹੋ ਤੁਸੀਂ ਇੱਥੇ? ਇਹ ਸਾਈਕਲ 'ਤੇ ਆਏ ਹਾਂ ਜੀ, ਚਲਾ ਕੇ ਸਾਈਕਲ ਲੈ ਕੇ ਆਏ ਹਾਂ। ਠੀਕ ਹੈ, ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ? 150 ਕਿਲੋਮੀਟਰ ਬਾਅਦ ਆ ਜੀ ਸਾਡੇ ਪਿੰਡੋਂ। 150 ਕਿਲੋਮੀਟਰ? ਇੰਨਾ ਜੋਸ਼ ਕਿਵੇਂ ਆਇਆ ਤੁਹਾਡੇ 'ਚ? ਜੋਸ਼ ਵੀ ਆਪਣੇ ਕਿਸਾਨੀ ਤੌਰ 'ਤੇ ਜਾਣਾ ਜੀ ਆਪਾਂ, ਆਪਦੇ ਹੱਕਾਂ ਦਾ ਹੀ ਲੜਨ ਆਏ ਹਾਂ, ਹੋਰ ਕੀ ਜੋਸ਼ ਤਾਂ ਹੀ ਭਰਦਾ ਜੀ। ਅੱਛਾ, ਸੋ ਆਉਣ ਲੱਗੇ ਥੱਕੇਵਾਂ ਨਹੀਂ ਚੜ੍ਹੇ ਤੁਹਾਨੂੰ? ਕਿਵੇਂ ਕੁਛ ਨਹੀਂ ਆੜਦਾ ਜੀ, ਜੋ ਅਸੀਂ ਇਹ ਜਾਣਾ ਹੀ ਜਾਣਾ ਹੈਗਾ। ਕਿਵੇਂ ਆ ਜਾਓ ਫਿਰ ਕੀ ਆ? ਠੀਕ ਹੈ, ਆਪਦੇ ਹੱਕਾਂ ਦੇ ਖਾਤਰ ਰੱਖੋ ਥੋੜ੍ਹੇ ਜਿਹੇ। ਬਹੁਤ ਲੰਗਰਾਂ ਲੱਗਦਾ, ਕੋਈ ਪਰਵਾਹ ਹੀ ਨੀ, ਕੋਈ ਉਹ ਨੀ ਜੀ। ਹਾਂਜੀ।